ਦੋਸਤੋ ਅੱਜ ਅਸੀਂ 16 ਨਵੰਬਰ ਦੇ ਦਿਨੋਂ ਇਹ ਘਟਨਾਵਾਂ ਦਾ ਚਰਚਾ ਕਰਾਂਗੇ ਜਿਹਨਾਂ ਨੂੰ ਸਿੱਖ ਤਾਰੀਖ ਨੇ ਰਿਕਾਰਡ ਕੀਤਾ ਹੈ। ਸਭ ਤੋਂ ਪਹਿਲੀ ਘਟਨਾ 1675 ਦੀ ਹੈ। 16 ਨਵੰਬਰ 1675 ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਜਿਹੜਾ ਕਰਤਾਰਪੁਰ ਕੀਰਤਪੁਰ ਪਹੁੰਚਿਆ। ਚੇਤੇ ਰਹੇ ਕਿ 11 ਨਵੰਬਰ 1675 ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਦੁਆਰਾ ਸੀਸਗੰਜ ਵਾਲੀ ਥਾਂ 'ਤੇ ਕੋਤਵਾਲੀ ਦੇ ਬਾਹਰ ਜਿਹੜਾ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਦਾ ਸੀਸ ਜਿਹੜਾ ਉਹ ਭਾਈ ਜੈਤਾ ਔਰ ਉਸਦੇ ਸਾਥੀ ਜਿਹੜੇ ਸਨ ਉਦਾ ਅਤੇ ਨਾਨੂ ਰਾਮ ਗਿਰਵਾਲੀ ਵਾਲੇ ਇਹ ਚੁੱਕੇ ਜਿਹੜੇ ਸੀ ਅਨੰਦਪੁਰ ਸਾਹਿਬ ਲੈ ਆਏ ਸਨ। ਤੋ ਇਹ ਜਿਹੜਾ ਉਸ ਦਿਨ ਪੈਦਲ ਤੁਰ ਕੇ ਜਾ ਰਹੇ ਸਨ ਅਤੇ ਉਹ ਦਿੱਲੀ ਤੋਂ ਚੜ੍ਹ ਕੇ ਬਾਗਪਤ ਪਹੁੰਚੇ। ਇੱਥੋਂ ਜਮੁਨਾ ਦਰਿਆ ਉਹਨਾਂ ਨੇ ਪਾਰ ਕੀਤਾ ਕਰਨਾਲ ਅੰਬਾਲਾ ਅਤੇ ਨਾਭਾ ਹੁਣ ਜਿਹਨੂੰ ਨਾਭਾ ਸਾਹਿਬ ਗੁਰਦੁਆਰਾ ਜਿੱਥੇ ਬਣਿਆ ਹੈ ਚੰਡੀਗੜ੍ਹ ਪਟਿਆਲਾ ਰੋਡ 'ਤੇ ਇੱਥੇ ਪੜਾਅ ਕਰਦੇ ਹੋਏ ਉਹ 16 ਨਵੰਬਰ ਨੂੰ ਕੀਰਤਪੁਰ ਪਹੁੰਚੇ ਨੇ। ਇਸ ਤੋਂ ਬਾਅਦ ਫਿਰ ਅਨੰਦਪੁਰ ਸਾਹਿਬ ਚਲੇ ਗਏ ਜਿੱਥੇ ਅਗਲੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਸੰਸਕਾਰ ਕੀਤਾ ਗਿਆ। ਇਸ ਤੋਂ ਬਾਅਦ ਸਾਡੇ ਕੋਲ 16 ਨਵੰਬਰ ਦੀ ਘਟਨਾ 1688 ਦੀ ਹੈ। ਅਸੀਂ ਜਾਣਦੇ ਹਾਂ ਕਿ 1685 ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਨੇ ਉਹ ਪਾਉਂਟਾ ਸਾਹਿਬ ਚਲੇ ਗਏ ਸਨ ਅਤੇ ਉਹਨੂੰ ਨਵਾਂ ਪਿੰਡ ਵਸਾਇਆ ਸੀਗਾ ਅਤੇ ਉੱਥੇ ਭਗਾਨੀ ਦੀ ਲੜਾਈ ਹੋਈ ਜਿਹੜੀ 18 ਸਤੰਬਰ 1688 ਦੀ ਹੈ। ਇਸ ਤੋਂ ਬਾਅਦ ਕਿਉਂਕਿ ਬਿਲਾਸਪੁਰ ਦੀ ਰਾਣੀ ਨੇ ਗੁਰੂ ਸਾਹਿਬ ਨੂੰ ਨੁਮਾਇੰਦੇ ਭੇਜ ਕੇ ਅਤੇ ਖੱਤ ਲਿਖ ਕੇ ਅਤੇ ਉੱਥੇ ਵਾਪਸ ਚੱਕਰਾਂ ਕੇ ਆਉਣ ਦੀ ਬੇਨਤੀ ਕੀਤੀ ਤਾਂ ਗੁਰੂ ਸਾਹਿਬ ਜਿਹੜੇ ਨੇ ਉਹ ਉੱਥੋਂ 18 ਸਤੰਬਰ ਦੀ ਲੜਾਈ ਤੋਂ ਤਕਰੀਬਨ 1 ਮਹੀਨਾ 10 ਦਿਨ ਬਾਅਦ 28 ਅਕਤੂਬਰ ਦੇ ਦਿਨ ਪਾਉਂਟਾ ਸਾਹਿਬ ਤੋਂ ਚੱਲ ਪਏ ਨੇ। ਰਸਤੇ 'ਚ ਕਪਾਲ ਮੋਚਨ, ਲਾਹੜਪੁਰ, ਟੋਕਾ, ਦਾਬਰਾ, ਰਾਏਪੁਰ ਰਾਣੀ, ਢਕੌਲੀ, ਨਾਢਾ, ਮਣੀ ਮਾਜਰਾ, ਕੋਟਲਾ, ਨਿਹੰਗ ਖਾਨ, ਘਨੌਲਾ, ਬੁੰਗਾ, ਅਟਾਰੀ, ਕੀਰਤਪੁਰ ਹੁੰਦੇ ਹੋਏ ਅਖੀਰ ਉਹ 16 ਨਵੰਬਰ 1688 ਦੇ ਦਿਨ ਚੱਕ ਨਾਨਕੀ ਜਿਹੜਾ ਕਿ ਅਨੰਦਪੁਰ ਸਾਹਿਬ ਦਾ ਹਿੱਸਾ ਉੱਥੇ ਪਹੁੰਚੇ ਨੇ। ਸਾਡੇ ਕੋਲ ਫਿਰ ਉਸ ਤੋਂ ਬਾਅਦ 16 ਨਵੰਬਰ ਦੀ ਘਟਨਾ 1916 ਦੀ ਹੈ। ਅਸੀਂ ਜਾਣਦੇ ਹਾਂ ਕਿ ਪੰਜਾਬ ਦੀ ਧਰਤੀ ਨੂੰ ਆਜ਼ਾਦ ਕਰਵਾਉਣ ਵਾਸਤੇ 1913 ਵਿੱਚ ਅਮਰੀਕਾ ਅਤੇ ਕੈਨੇਡਾ ਤੋਂ ਵਿੱਚ ਗਦਰ ਪਾਰਟੀ ਕਾਇਮ ਕੀਤੀ ਗਈ ਸੀ ਜਿਸਦਾ ਨਿਸ਼ਾਨਾ ਮੁਲਕ ਨੂੰ ਅੰਗਰੇਜ਼ਾਂ ਤੋਂ ਪੂਰੀ ਤਰ੍ਹਾਂ ਆਜ਼ਾਦ ਕਰਵਾਉਣ ਸੀ। ਭਾਵੇਂ ਇਸ ਦੀ ਪਲਾਨਿੰਗ ਦਾ ਪੂਰਾ ਖਰੜਾ ਤਾਂ ਨਹੀਂ ਮਿਲਦਾ ਪਰ ਅੰਗਰੇਜ਼ਾਂ ਦੀਆਂ ਖੁਫੀਆ ਫਾਈਲਾਂ ਵਿੱਚ ਪਏ ਇੱਕ ਖੱਤ ਤੋਂ ਇਸ ਦਾ ਹਿੱਸਾ ਮਿਲ ਜਾਂਦਾ ਹੈ। ਇਹ ਖੱਤ ਕਾਂਟਨ ਚੀਨ ਤੋਂ ਡਾਕਟਰ ਠਾਕਰ ਸਿੰਘ ਇਕੋਲਾਹਾ ਨੇ 17 ਨਵੰਬਰ 1914 ਦੇ ਦਿਨ ਗਿਆਨੀ ਭਗਵਾਨ ਸਿੰਘ ਨੂੰ ਲਿਖਿਆ ਸੀ ਜਿਹੜਾ ਹਾਂਗਕਾਂਗ ਵਿੱਚ ਸੈਂਸਰ ਪੁਲਿਸ ਨੇ ਕਬਜ਼ੇ 'ਚ ਕਰਕੇ ਸਰਕਾਰ ਦੇ ਹਵਾਲੇ ਕਰ ਦਿੱਤਾ। ਨਤੀਜੇ ਜੋ ਠਾਕਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ 4 ਸਾਲ ਜੇਲ੍ਹ 'ਚ ਰੱਖਿਆ ਗਿਆ। ਇਸ ਖੱਤ ਮੁਤਾਬਕ ਜਨਵਰੀ 1915 ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਨਮ ਦਿਹਾੜੇ ਦੇ ਉੱਤੇ ਪੰਜਾਬ 'ਚ ਸਾਰੇ ਪਾਸੇ ਹਥਿਆਰਬੰਦ ਖਦਰੀ ਆਪੋ ਆਪਣੀਆਂ ਤਹਿਸੀਲਾਂ ਥਾਣਿਆਂ ਅਤੇ ਜ਼ਿਲ੍ਹਿਆਂ ਵਿੱਚ ਅੰਗਰੇਜ਼ਾਂ ਨੂੰ ਕਤਲ ਕਰਕੇ ਅਤੇ ਉਹਨਾਂ ਦੀ ਥਾਂ ਇਨਕਲਾਬੀ ਸੇਵਾਦਾਰ ਤਾਇਨਾਤ ਕਰਨ ਦੀ ਸਕੀਮ ਬਣੀ ਹੋਈ ਸੀ। ਫੌਜ ਵਿੱਚ ਪਹਿਲਾਂ ਹੀ ਉਹਨਾਂ ਦਾ ਸਕੀਮ ਇਹ ਸੀ ਕਿ ਫੌਜ 'ਚ ਪਹਿਲਾਂ ਹੀ ਤਿਆਰੀ ਹੋ ਚੁੱਕੀ ਹੋਵੇਗੀ, ਇਸ ਤਰ੍ਹਾਂ ਚੁੱਪ ਚਾਪ ਪੰਜਾਬ ਦੇ ਉੱਤੇ ਮੁਕੰਮਲ ਕਬਜ਼ਾ ਹੋ ਜਾਏਗਾ। ਉਸ ਵੇਲੇ ਅੰਗਰੇਜ਼ੀ ਫੌਜ ਜਿਹੜੀ ਹੈ ਜਰਮਨ ਨਾਲ ਜੰਗ ਵਿੱਚ ਰੁੱਝੀ ਹੋਣ ਕਰਕੇ ਬਹੁਤੀ ਹਿਲਜੁਲ ਨਹੀਂ ਕਰ ਸਕੇਗੀ ਔਰ ਇਹ ਸਾਰੀ ਕਾਰਵਾਈ ਇੱਕੋ ਦਿਨ ਵਿੱਚ ਇੱਕੋ ਸਮੇਂ ਕੀਤੀ ਜਾਣੀ ਸੀ। ਤੋ ਖਤ ਮੁਤਾਬਕ ਲੁਧਿਆਣੇ ਜ਼ਿਲ੍ਹਾ 'ਚ ਡਾਕਟਰ ਠਾਕਰ ਸਿੰਘ ਕੋਲਾਹਾ ਲੈ ਲਿਆ ਸੀਗਾ ਪਰ ਲਾਲਾ ਹਰਦਿਆਲ ਵਰਗਿਆਂ ਨੂੰ ਜਿਹੜੀ ਹੈ ਇਹ ਗੱਲ ਮਨਜ਼ੂਰ ਨਹੀਂ ਸੀ। ਹਰਦਿਆਲ ਉੱਤੇ ਪੰਜਾਬੀ ਹਰਦਿਆਲ ਅਤੇ ਗਦਰ ਲਹਿਰ ਦੀ ਲੀਡਰਸ਼ਿਪ ਦੇ ਹੋਰ ਹਿੰਦੂ ਆਗੂ ਇਹ ਨਹੀਂ ਚਾਹੁੰਦੇ ਸਨ ਕਿ ਪਹਿਲਾਂ ਪੰਜਾਬ ਨੂੰ ਆਜ਼ਾਦ ਕਰਾ ਲਿਆ ਜਾਏ। ਉਹਨਾਂ ਨੇ ਸਿੱਖਾਂ ਦੇ ਮੁਸਲਮਾਨਾਂ ਨੂੰ ਹਕੂਮਤ ਦੇਣ ਵਾਸਤੇ ਤਿਆਰ ਨਹੀਂ ਸਨ। ਸੋ ਉਹਨਾਂ ਨੇ ਗਦਰਿਆਂ ਨੂੰ ਸਲਾਹ ਦਿੱਤੀ ਕਿ ਪਹਿਲਾਂ ਇੱਕ ਨੁੱਕਰ ਤੋਂ ਸ਼ੁਰੂ ਕੀਤਾ ਜਾਏ ਯਾਨੀ ਫਰੰਟੀਅਰ ਸੂਬੇ ਅਤੇ ਕਸ਼ਮੀਰ ਨੂੰ ਆਜ਼ਾਦ ਕਰਾਇਆ ਜਾਏ। ਹੈਰਾਨੀ ਵਾਲੀ ਗੱਲ ਹੈ ਕਿ ਇਸ ਲਹਿਰ ਵਿੱਚ ਉੱਪਰਲੇ ਦੋਹਾਂ ਸੂਬਿਆਂ ਵਿੱਚੋਂ ਇੱਕ ਵੀ ਬੰਦਾ ਸ਼ਾਮਿਲ ਨਹੀਂ ਸੀ। ਦੂਜੇ ਪਾਸੇ 90% ਸਿੱਖ ਜਿਹੜੇ ਸਨ ਇਸ ਤਰੀਕੇ ਜਿਹੜੇ ਜੂਝੇ ਸਨ 90% ਸਿੱਖ ਸਨ। ਸੋ ਇਸ ਸਾਜਿਸ਼ ਦਾ ਮਤਲਬ ਸਾਫ਼ ਸੀਗਾ ਕਿ ਗਦਰ ਲਹਿਰ ਨੂੰ ਤਾਰਪੀਡੋ ਕਰ ਦਿੱਤਾ ਜਾਵੇ। ਸੋ ਇਸ ਹਰਕਤ ਨਾਲ ਹੀ ਗਦਰ ਲਹਿਰ ਦੀ ਨਾਕਾਮਯਾਬੀ ਦਾ ਮੁੱਢ ਬੱਝ ਗਿਆ ਸੀਗਾ। ਸੋ ਗਦਰ ਪਾਰਟੀ ਨੇ ਆਪਣਾ ਐਕਸ਼ਨ ਜਿਹੜਾ ਹੈ ਉਹ ਅਜੇ 5-7 ਸਾਲ ਬਾਅਦ ਸ਼ੁਰੂ ਕਰਨਾ ਸੀ, 1920 ਤੋਂ ਬਾਅਦ ਕਰਨਾ ਸੀ 21 'ਚ, ਪਰ ਬਰਤਾਨੀਆ ਅਤੇ ਜਰਮਨ ਦੀ ਜੰਗ ਸ਼ੁਰੂ ਹੋ ਗਈ ਜਿਹੜੀ 28 ਜੁਲਾਈ 1914 ਨੂੰ। ਤੋ ਇਸ ਕਰਕੇ ਗਦਰੀਆਂ ਨੇ ਆਪਣਾ ਐਕਸ਼ਨ ਐਡਵਾਂਸ ਕਰਨ ਦਾ ਫੈਸਲਾ ਕਰ ਦਿੱਤਾ। ਗਦਰੀ ਜਿਹੜੇ ਆਪੋ ਆਪਣੇ ਪਿੰਡਾਂ ਨੂੰ ਚੱਲ ਪਏ। ਗਦਰ ਅਖਬਾਰ ਦੇ 4 ਅਗਸਤ 1914 ਦੇ ਪਰਚੇ ਵਿੱਚ ਵੀ ਸਾਰਿਆਂ ਨੂੰ ਆਪੋ ਆਪਣੇ ਪਿੰਡ ਪਹੁੰਚਣ ਦੀ ਅਪੀਲ ਕੀਤੀ ਹੋਈ ਸੀ। ਤੋ ਅਗਸਤ ਵਿੱਚ ਹੀ ਪਹਿਲੀ ਟੋਲੀ ਜਿਹੜੀ ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀ ਲਾਟ ਵਗੈਰਾ ਜਿਹੜੇ ਉਹ ਪੰਜਾਬ ਨੂੰ ਚੱਲ ਪਏ ਨੇ। ਇਸ ਪਿੱਛੋਂ ਇੱਕ ਵੱਡਾ ਜੱਥਾ ਜਿਸ ਵਿੱਚ 70 ਗਦਰੀ ਸਨ SS ਕੋਰੀਆ ਨਾਂ ਦੇ ਸਮੁੰਦਰੀ ਜਹਾਜ਼ ਰਾਹੀਂ 29 ਅਗਸਤ ਨੂੰ ਸਾਨ ਫਰਾਂਸਿਸਕੋ ਤੋਂ ਚੱਲੇ ਆ। ਇਸ ਤੋਂ ਬਾਅਦ ਤਕਰੀਬਨ 8000 ਗਦਰੀ ਵਰਕਰ ਪ੍ਰਦੇਸ਼ਾਂ ਤੋਂ ਪੰਜਾਬ ਵੱਲ ਤੁਰੇ ਨੇ। ਮੁਖਬਰਾਂ ਨੇ ਉਹਨਾਂ ਦੇ ਚੱਲਣ ਤੋਂ ਪਹਿਲਾਂ ਹੀ ਇਸ ਦੇ ਬਾਰੇ ਸਰਕਾਰ ਨੂੰ ਰਿਪੋਰਟਾਂ ਦੇ ਦਿੱਤੀਆਂ ਸਨ। ਇਸ ਕਰਕੇ ਸਰਕਾਰ ਨੇ 2 ਆਰਡੀਨੈਂਸ ਜਾਰੀ ਕਰ ਦਿੱਤੇ ਸਨ ਮੁਲਕ 'ਚ ਆਉਣ ਵਾਲਿਆਂ ਨੂੰ ਹਿਰਾਸਤ ਵਿੱਚ ਲੈਣ ਲਈ।
ਤੋਂ ਇਹਨਾਂ ਆਰਡੀਨੈਂਸ ਰਾਹੀਂ ਜਿਹੜੇ ਬੰਦੇ ਗ੍ਰਿਫਤਾਰ ਕੀਤੇ ਜਾਣੇ ਸਨ ਹਿਰਾਸਤ ਦੇ, ਉਹਨਾਂ ਨੂੰ ਲੁਧਿਆਣੇ ਲਿਜਾਇਆ ਜਾਣਾ ਸੀਗਾ, ਜਿੱਥੇ ਇੱਕ ਬੜਾ ਵੱਡਾ ਇੰਟੈਰੋਗੇਸ਼ਨ ਸੈਂਟਰ ਬਣਾਇਆ ਗਿਆ ਸੀ। ਉੱਥੇ ਜਿੰਨੇ ਵੀ ਆਉਣ ਵਾਲੇ ਮੁਸਾਫਰ ਸੀ ਉਹਨਾਂ ਦੀ ਸਾਰੀ ਇਹਦੀ ਪੂਰੀ ਇੰਟੈਰੋਗੇਸ਼ਨ ਕੀਤੀ ਜਾਂਦੀ ਸੀ, ਅਤੇ ਉਹਨਾਂ ਵਿੱਚੋਂ ਕਈਆਂ ਨੂੰ ਕੈਦ ਕੀਤਾ ਜਾਂਦਾ ਸੀ ਅਤੇ ਕਈ ਹੋਰਾਂ ਨੂੰ ਪਿੰਡਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਜਾਂਦਾ ਸੀ। ਉਸ ਵੇਲੇ ਦੀ ਸਲੈਕਟ ਮੋਂਗਰ ਆਈਸ ਮੋਂਗਰ ਅਤੇ ਸਲੈਕਟਰੀ ਦੀ ਜਿਹੜੀ ਖੁਫੀਆ ਰਿਪੋਰਟ ਹੈ ਉਸ ਮੁਤਾਬਕ 370 ਜਿਹੜੇ ਆ ਗਦਰੀ ਉਹਨਾਂ ਜੇਲ੍ਹ ਸੁੱਟਿਆ ਗਿਆ, 2212 ਨੂੰ ਪਿੰਡਾਂ 'ਚ ਨਜ਼ਰਬੰਦ ਕੀਤਾ ਗਿਆ। ਇਹਨਾਂ ਸਖਤੀਆਂ ਦੇ ਬਾਵਜੂਦ ਵੀ ਕਈ ਜਿਹੜੇ ਵਰਕਰ ਨੇ ਪਿੰਡਾਂ 'ਚੋਂ ਨਿਕਲ ਕੇ ਰੂਹ ਪੋਸ਼ ਹੋਇਆ ਔਰ ਉਹਨਾਂ ਨੇ 15 ਨਵੰਬਰ 1914 ਨੂੰ ਗਦਰ ਦੀ ਸਕੀਮ ਬਣਾਈ, ਪਰ ਅਸਲੇ ਦੀ ਮੁਸ਼ਕਲ ਕਰਕੇ ਇਸ ਨੂੰ ਮੁਲਤਵੀ ਕਰਨਾ ਪਿਆ। ਮਗਰੋਂ ਇਹ ਤਾਰੀਖ 21 ਫਰਵਰੀ 1915 ਦੀ ਮਿੱਥੀ ਗਈ ਫੌਜਾਂ ਵਿੱਚੋਂ ਲੋਕਾਂ ਨੂੰ ਆਪਣੇ ਨਾਲ ਲਾਉਣ ਵਾਸਤੇ ਹਰਨਾਮ ਸਿੰਘ, ਗੁਰਬਖਸ਼ ਸਿੰਘ ਲੱਤੋਂ, ਊਧਮ ਸਿੰਘ ਕਸੇਲ, ਪਿਆਰਾ ਸਿੰਘ ਲੰਗੇਰੀ ਨੇ ਕਈ ਖਾਸ ਬਲਟਨਾਂ ਵਿੱਚ ਜਾ ਕੇ ਅਪਰੋਚ ਕੀਤੀ। 23ਵੀਂ ਕਵੈਲਰੀ, 25ਵੀਂ ਪੰਜਾਬੀ, 128 ਪਾਇਨੀਅਰਸ, 9ਵੀਂ ਭੋਪਾਲ, 12ਵੀਂ ਕਵੈਲਰੀ ਵਗੈਰਾ ਜਾ ਕੇ ਉਹਨਾਂ ਨੇ ਸਿੱਖ ਫੌਜੀਆਂ ਨੂੰ ਤਿਆਰ ਕੀਤਾ। ਪੁਰਾਣੇ ਮੁਤਾਬਕ ਸਿੱਖ ਫੌਜੀਆਂ ਨੇ ਗੋਰੇ ਅਫਸਰਾਂ ਨੂੰ ਕਤਲ ਕਰਕੇ ਅਸਲੇ 'ਤੇ ਕਬਜ਼ਾ ਕਰਕੇ ਐਕਸ਼ਨ ਸ਼ੁਰੂ ਕਰਨਾ ਸੀ। ਗਦਰ ਨੂੰ ਸਾਰੇ ਪਾਸੇ ਲਾਹੌਰ, ਫਿਰੋਜ਼ਪੁਰ, ਰਾਵਲਪਿੰਡੀ ਫੌਜੀ ਛਾਉਣੀਆਂ ਜਿਹੜੇ ਵਿੱਚ ਇਕੱਠਾ ਹੀ ਸ਼ੁਰੂ ਕੀਤਾ ਜਾਣਾ ਸੀ ਅਤੇ ਇਸਦਾ ਚਾਰਜ ਜਿਹੜਾ ਵਿਸਾਖਾ ਸਿੰਘ ਦੱਦੇ ਹਰ ਕੋਲ ਸੀ। ਮਾਝੇ ਵਾਲਿਆਂ ਨੇ 20 ਫਰਵਰੀ ਨੂੰ ਲੋਪੋਖੇ ਦਾ ਥਾਣਾ ਲੁੱਟ ਕੇ 21 ਨੂੰ ਲਾਹੌਰ ਪਹੁੰਚਣਾ ਸੀਗਾ। ਮਾਰੇ ਵਿੱਚੋਂ ਭਾਈ ਰਣਜੀਤ ਸਿੰਘ ਮਗਰੋਂ ਅਖੰਡ ਕੀਰਤ ਨੇ ਸੱਜਣ ਨੇ ਬਣਾਇਆ, ਕਰਤਾਰ ਸਿੰਘ ਸਰਾਭਾ ਅਤੇ ਸੱਜਣ ਸਿੰਘ ਨਾਰੰਗਵਾਲ ਨੇ ਅਗਵਾਈ ਕਰਨੀ ਸੀ। ਉੱਧਰ ਸਰਕਾਰ ਨੂੰ ਗਦਰੀ ਕਾਰਵਾਈਆਂ ਦੀ ਪੂਰੀ ਸੂਹ ਮਿਲ ਚੁੱਕੀ ਸੀ। ਉਹਨਾਂ ਨੇ ਗਦਰੀਆਂ ਵਿੱਚ ਕਿਰਪਾਲ ਸਿੰਘ ਨਾਂ ਦਾ ਇੱਕ ਜਿਹੜਾ ਆਪਣਾ ਸੂਈਆ ਸ਼ਾਮਿਲ ਕਰ ਦਿੱਤਾ ਸੀ, ਜਿਹੜਾ ਕਿ CID ਦਾ ਮੁਲਾਜ਼ਮ ਸੀਗਾ, ਅਤੇ ਸਿਰਫ 9 ਦਿਨ ਪਹਿਲਾਂ ਹੀ ਉਹ ਪਾਰਟੀ ਸ਼ਾਮਿਲ ਹੋਇਆ ਅਤੇ ਉਸਨੂੰ ਪਾਰਟੀ ਦੀ ਸੈਂਟਰ ਕਮੇਟੀ 'ਚ ਥਾਂ ਦਿੱਤੀ ਗਈ। ਇੰਨੇ ਕੁ ਸਿਆਣੇ ਸਨ ਗਦਰ ਪਾਰਟੀ ਦੇ ਆਗੂ। ਤੋ ਉਹ ਫਿਰ ਕੁਛ ਵਰਕਰਾਂ ਨੂੰ ਪਤਾ ਲੱਗ ਗਿਆ ਵੀ ਇਹ ਜਿਹੜਾ ਇਹ ਬੰਦਾ CID ਦਾ ਸ਼ਾਇਦ ਹੈ ਅਤੇ ਇਸ ਕੋਲੋਂ ਬਚ ਕੇ ਰਹਿਣਾ ਚਾਹੀਦਾ। ਤੋ ਉਹਦੀ ਜਿਹੜੀ ਹੈ ਸਕੀਮ ਇਹ ਸੀਗੀ ਕਿ ਪਹਿਲਾਂ 20 ਫਰਵਰੀ ਨੂੰ ਜਾਂ 21 ਫਰਵਰੀ ਤੱਕ ਐਕਸ਼ਨ ਹੋਣ ਦੀ ਉਮੀਦ ਸੀਗੀ। ਤੋ ਇਹਨਾਂ ਨੂੰ ਉਸਨੂੰ ਐਡਵਾਂਸ ਕਰ ਰਿਹਾ ਅਤੇ ਉਹ ਵੀ ਜਿਹੜੀ ਹੈ ਉਸਨੂੰ ਪਤਾ ਲੱਗ ਗਈ ਜਦੋਂ ਖਬਰ, ਤਾਂ ਕਿਰਪਾਲ ਸਿੰਘ ਨੇ ਉਸਲੇ ਪੁਲਿਸ ਨੂੰ ਖਬਰ ਦੇ ਦਿੱਤੀ। ਤੋ ਸੋ 19 ਫਰਵਰੀ 1915 ਨੂੰ ਸ਼ਾਮ ਦੇ 4:30 ਵਜੇ ਗਦਰ ਸ਼ੁਰੂ ਹੋਣ ਤੋਂ ਜਿਹੜਾ 20 ਤਰੀਕ ਨੂੰ ਹੋਣਾ ਸੀਗਾ, ਕੁਝ ਘੰਟੇ ਪਹਿਲਾਂ ਹੀ ਪਾਰਟੀ ਦੇ ਹੈੱਡਕੁਆਰਟਰ 'ਤੇ ਪੁਲਿਸ ਨੇ ਛਾਪਾ ਮਾਰ ਕੇ ਬਹੁਤ ਸਾਰੇ ਆਗੂ ਗ੍ਰਿਫਤਾਰ ਕਰ ਲਏ। ਇਸ ਦੇ ਬਾਵਜੂਦ ਕਰਤਾਰ ਸਿੰਘ ਸਰਾਭਾ ਅਤੇ ਕੁਝ ਆਗੂ ਜਿਹੜੇ ਬਚ ਕੇ ਨਿਕਲ ਗਏ, ਮਗਰੋਂ ਇੱਕ ਦੋਸਤ ਦੀ ਗੱਦਾਰੀ ਕਾਰਨ ਕਰਤਾਰ ਸਿੰਘ ਸਰਾਭਾ ਨੂੰ ਵੀ 2 ਮਾਰਚ 1915 ਦੇ ਦਿਨ ਵਿਨਸਨਪੁਰ ਨੇੜੇ ਚੱਕ ਨੰਬਰ 5 ਸ਼ਾਹਪੁਰ ਜ਼ਿਲ੍ਹਾ ਸਰਗੋਧਾ 'ਚ ਗ੍ਰਿਫਤਾਰ ਕਰ ਲਿਆ ਗਿਆ। ਤੋ ਗ੍ਰਿਫਤਾਰ ਕੀਤੇ ਗਏ ਜਿਹੜੇ ਆਗੂ ਸਨ ਇਹਨਾਂ ਦੇ ਉੱਤੇ ਮੁਕੱਦਮੇ ਚਲਾਏ ਗਏ। ਇਹਨਾਂ ਨੂੰ ਲਾਹੌਰ ਕੌਨਸਪੀਰੇਸੀ ਕੇਸ, ਬਾਅਦ 'ਚ 1-2-3 ਕਈ ਹੋਰ ਵੀ ਕੇਸ ਜਿਹੜੇ ਇਹਦੇ ਜਿਹੜੇ ਸਪਲੀਮੈਂਟਰੀ ਕੇਸ ਹਨ ਉਹਨਾਂ ਦੇ ਨਾਲ ਯਾਦ ਕੀਤਾ ਜਾਂਦਾ। ਤੋ ਪਹਿਲਾ ਮੁਕੱਦਮਾ ਜਿਹੜਾ 26 ਅਪ੍ਰੈਲ 1915 ਦੇ ਦਿਨ ਸ਼ੁਰੂ ਹੋਇਆ ਅਤੇ 13 ਸਤੰਬਰ 1915 ਦੇ ਦਿਨ ਫੈਸਲਾ ਹੋਇਆ। ਪੰਡਿਤ ਸ਼ਿਵ ਨਾਰਾਇਣ ਅਤੇ 2 ਅੰਗਰੇਜ਼ ਕਮਿਸ਼ਨਰਾਂ ਨੇ ਫੈਸਲਾ ਸੁਣਾ ਕੇ 82 ਗਦਰੀਆਂ ਨੂੰ, ਮੁਲਜ਼ਮਾਂ ਨੂੰ ਜਿਹੜਾ ਇਹਨਾਂ ਵਿੱਚੋਂ ਇਹਨੂੰ ਸਜ਼ਾ ਦਿੱਤੀ। ਅਤੇ ਕਰਤਾਰ ਸਿੰਘ ਸਰਾਭਾ ਇਹਨਾਂ 'ਚੋਂ, ਜਗਤ ਸਿੰਘ ਸੁਰ ਸਿੰਘ ਜਿਹੜਾ ਪਹਿਲਾਂ ਲਾਹੌਰ ਜ਼ਿਲ੍ਹਾ ਸੀ ਹੁਣ ਫਿਰ ਅੰਮ੍ਰਿਤਸਰ ਅਤੇ ਫਿਰ ਤਰਨ ਤਾਰਨ ਬਣ ਗਿਆ, ਹਰਨਾਮ ਸਿੰਘ ਭੱਟੀ ਗੁਰਾਇਆ ਸਿਆਲਕੋਟ, ਬਖਸ਼ੀਸ਼ ਸਿੰਘ ਗਿਡਵਾਲੀ ਅੰਮ੍ਰਿਤਸਰ, ਸੁਰੈਨ ਸਿੰਘ ਪੁੱਤਰ ਬੂਟ ਸਿੰਘ ਗਿਡਵਾਲੀ, ਸੁਰੈਨ ਸਿੰਘ ਪੁੱਤਰ ਈਸ਼ਰ ਸਿੰਘ ਗਿਡਵਾਲੀ, 2 ਸਨ, ਇੱਕੋ ਪਿੰਡ ਦੇ ਇੱਕੋ ਨਾਂ ਦੇ ਬੰਦੇ, ਅਤੇ ਵਿਸ਼ਨੂੰ ਗਣੇਸ਼ ਪਿੰਗਲੇ ਸਨੇ 24 ਜਣਿਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਮਗਰੋਂ ਅਪੀਲ ਕੋਰਟ ਨੇ 17 ਜਣਿਆਂ ਦੀ ਫਾਂਸੀ ਜਿਹੜੀ ਉਮਰ ਕੈਦ ਬਦਲਤੀ ਅਤੇ 7 ਜਣਿਆਂ ਨੂੰ ਜਿਹੜੀ ਫਾਂਸੀ ਕਾਇਮ ਰੱਖੀ। ਇਸ ਤੋਂ ਇਲਾਵਾ 23 ਜਣਿਆਂ ਨੂੰ ਉਮਰ ਕੈਦ ਅਤੇ 6 ਗਦਰੀਆਂ ਨੂੰ ਜਿਹੜਾ ਉਹ ਘੱਟ ਸਜ਼ਾਵਾਂ ਦਿੱਤੀਆਂ ਗਈਆਂ। ਜਿਹਨਾਂ ਘੱਟ ਸਜ਼ਾਵਾਂ ਦਿੱਤੀਆਂ ਗਈਆਂ ਉਹਨਾਂ ਸੋਹਣ ਸਿੰਘ ਪਕਣਾ, ਨਿਧਾਨ ਸਿੰਘ ਝੁੱਗਾ, ਜਵਾਲਾ ਸਿੰਘ ਠੱਠੀਆਂ, ਵਿਸਾਖਾ ਸਿੰਘ ਦੱਦੇਹਰ, ਪਿਆਰਾ ਸਿੰਘ ਲਗੇਰੀ, ਊਧਮ ਸਿੰਘ ਕਸੇਲ ਔਰ ਹਰਨਾਮ ਸਿੰਘ ਟੁੰਡੀ ਡਾਟਸਨ, ਕਿਉਂਕਿ ਇਹਨਾਂ ਦੇ ਬਾਰੇ ਕੋਈ ਸਬੂਤ ਉਹਨਾਂ ਨੂੰ ਨਹੀਂ ਮਿਲ ਸਕਿਆ ਸੀ। ਤੋ ਇਸ ਤੋਂ ਬਾਅਦ ਜਿਹੜੇ ਇਹ ਜਿਹੜੇ ਜਿਹਨਾਂ ਨੂੰ ਫਾਂਸੀ ਦਿੱਤੀ ਗਈ ਸੀ ਇਹਨਾਂ ਵਿੱਚੋਂ ਨੌਜਵਾਨ ਕਰਤਾਰ ਸਿੰਘ ਸਰਾਭਾ ਸਭ ਤੋਂ ਛੋਟੀ ਉਮਰ ਦਾ ਸੀ, ਸੁਰੈਨ ਸਿੰਘ ਗਿੜਵਾਲੀ ਅਤੇ ਦੂਜਾ ਸੁਰੈਨ ਸਿੰਘ ਗਿੜਵਾਲੀ, ਬਖਸ਼ੀਸ਼ ਸਿੰਘ ਗਿੜਵਾਲੀ ਅਤੇ ਵਿਸ਼ਨੂੰ ਗਣੇਸ਼ ਪਿੰਗਲੇ ਇਹਨਾਂ ਨੂੰ 16 ਨਵੰਬਰ 1916 ਦੇ ਦਿਨ ਫਾਂਸੀ ਦੀ ਸਜ਼ਾ ਦਿੱਤੀ ਗਈ, ਫਾਂਸੀ 'ਤੇ ਚੜਾਇਆ ਗਿਆ। ਫਿਰ 16 ਨਵੰਬਰ 1957 ਦੀ ਹੈ ਸਾਡੇ ਕੋਲ, 16 ਨਵੰਬਰ 1957 ਦੇ ਦਿਨ ਬਠਿੰਡੇ ਵਿੱਚ ਅਕਾਲੀ ਕਾਨਫਰੰਸ ਹੋਈ ਹੈ, ਅਤੇ ਕਿਉਂਕਿ 1956 ਦਾ ਜਿਹੜਾ ਰਿਜਨਲ ਫਾਰਮੂਲਾ ਸਰਕਾਰ ਦਾ ਧੋਖਾ ਫੇਲ ਹੋ ਚੁੱਕਿਆ ਸੀ ਅਤੇ ਪੰਜਾਬੀ ਸੂਬੇ ਦੀ ਲਹਿਰ ਦੂਜੀ ਸ਼ੁਰੂ ਹੋਣ ਦੀ ਆਸ ਸੀ। ਤੋ ਇਸ ਹਾਲਤ ਵਿੱਚ ਕੁਝ ਜਦੋਂ ਕਾਂਗਰਸੀਆਂ ਵਿੱਚ ਅਕਾਲੀ ਸ਼ਾਮਿਲ ਹੋ ਗਏ ਸਨ ਅਤੇ ਅਕਾਲੀਆਂ ਦੇ ਅੰਦਰ ਹੌਸਲਾ ਭਰਨ ਵਾਸਤੇ ਅਕਾਲੀ ਦਲ ਨੇ ਜਿਹੜੀ ਹੈ ਉਹ 11ਵੀਂ ਸਰਬਿੰਦ ਕਾਨਫਰੰਸ 16-17 ਨਵੰਬਰ 1957 ਦੇ ਦਿਨ ਬਠਿੰਡਾ ਵਿੱਚ ਰੱਖੀ ਹੈ। ਸੇਵਾ ਸਿੰਘ ਠੀਕਰੀਵਾਲਾ ਨਗਰ ਨਾਂ ਦਾ ਪੰਡਾਲ ਬਣਾ ਕੇ ਇਹਦੇ 'ਚ ਲੱਖਾਂ ਸਿੰਘ ਸਿੱਖ ਸ਼ਾਮਿਲ ਹੋਏ। ਪਹਿਲੇ ਦਿਨ 'ਚ ਰੂਸ ਦੀ ਅਗਵਾਈ ਮਾਸਟਰ ਤਾਰਾ ਸਿੰਘ, ਸੰਪੂਰਨ ਸਿੰਘ ਰਾਮਾ ਜਿਹੜਾ ਰੁਸ ਕੇ ਪਹਿਲਾਂ ਬਾਹਰ ਵੀ ਚਲਾ ਗਿਆ ਸੀਗਾ,
ਤੇ ਫਤਿਹ ਸਿੰਘ ਦਾ ਸਾਧ ਫਤਿਹ ਸਿੰਘ ਜਿਹੜਾ ਗੰਗਾਨਗਰ ਦਾ ਸੀ ਇਹ ਅਗਵਾਈ ਕਰ ਰਹੇ ਸਨ। ਇਸ ਸਮਾਗਮ ਵਿੱਚ ਪੁਰਾਣੇ ਆਗੂਆਂ ਜਿਹੜੇ ਲਾਲਚ ਕਰਕੇ ਪੰਥ ਨੂੰ ਛੱਡ ਗਏ ਸਨ, ਹੁਕਮ ਸਿੰਘ, ਗਿਆਨੀ ਕਰਤਾਰ ਸਿੰਘ ਰਾੜੇਵਾਲਾ, ਪ੍ਰਤਾਪ ਸਿੰਘ ਕਰੋ, ਫੇਰੂ ਮਾਨ ਊਧਮ ਸਿੰਘ ਨਾਗੋਕੇ, ਇਹ ਜਿਹੜੇ ਸਨ ਉਹਨਾਂ ਦੀ ਥਾਂ 'ਤੇ ਹੁਣ ਨਵੇਂ ਆਗੂ ਸਾਹਮਣੇ ਹੋਏ ਅਤੇ ਇਹਨਾਂ ਨੇ ਰੀਜਨ ਫਾਰਮੂਲੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਮੰਗ ਕੀਤੀ। ਜੇ ਨਾ ਕਰੋਗੇ ਤਾਂ ਅਸੀਂ ਪੰਜਾਬ ਵਿਸ਼ਵ ਦੀ ਮੰਗ ਸ਼ੁਰੂ ਕਰਾਂਗੇ। ਸੋ 16 ਨਵੰਬਰ 1958 ਦੀ ਸਾਡੇ ਕੋਲ ਇਸ ਤੋਂ ਬਾਅਦ ਘਟਨਾ ਹੈ, ਜਿਹੜੀ ਕਿ ਅਸੀਂ ਜਾਣਦੇ ਹਾਂ ਕਿ ਇਹ ਜਿਹੜੇ 57 ਦੇ ਅਕਾਲੀ ਕਾਨਫਰੰਸ ਸੀ, ਇਹਦੇ 'ਚ ਅਕਾਲੀ ਨਵੇਂ ਲੀਡਰ ਆ ਗਏ ਸਨ ਔਰ ਅਕਾਲੀ ਦਲ ਦੀ ਤਾਕਤ ਵੱਧ ਰਹੀ ਸੀ, ਲੋਕਾਂ ਵਿੱਚ ਅਕਾਲੀ ਦਲ ਵਾਸਤੇ ਜਿਹੜਾ ਹਮਦਰਦੀ ਅਤੇ ਪਿਆਰ ਅਤੇ ਸ਼ਰਧਾ ਬਹੁਤ ਵੱਧ ਰਹੀ ਸੀ। ਤੋ ਇਸ ਹਾਲਤ ਨੂੰ ਮੁੱਖ ਰੱਖ ਕੇ ਪ੍ਰਤਾਪ ਸਿੰਘ ਕਹਿਰੋਂ ਜਿਹੜਾ ਉਸਦੇ ਚੀਫ ਮਿਨਿਸਟਰ ਸੀ, ਉਹਨੇ ਸਕੀਮ ਬਣਾਈ ਕਿ ਕਿਉਂ ਨਾ ਅਕਾਲੀਆਂ ਕੋਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੋਹ ਲਈ ਜਾਏ। ਅੱਗੇ ਵੀ ਕਰੀ ਊਧਮ ਸਿੰਘ ਨਾਗੋਕੇ ਵੇਲੇ ਇਸ ਤਰ੍ਹਾਂ ਕੀਤਾ ਗਿਆ ਸੀ। ਤੋ ਸ਼੍ਰੋਮਣੀ ਕਮੇਟੀ ਖੋਹਣ ਵਾਸਤੇ ਉਸਨੇ ਮੈਂਬਰਾਂ ਨੂੰ ਖਰੀਦਣਾ ਸ਼ੁਰੂ ਕਰ ਦਿੱਤਾ ਅਤੇ ਇਹ ਚੋਣ ਜਿਹੜੀ ਸੀ 16 ਨਵੰਬਰ 1958 ਦੇ ਦਿਨ ਹੋਣੀ ਸੀ। ਗਿਆਨੀ ਕਰਤਾਰ ਸਿੰਘ ਉਸਦੇ ਵਜ਼ੀਰ ਸੀ, ਉਸਨੇ ਗਿਆਨੀ ਕਰਤਾਰ ਸਿੰਘ ਨੂੰ ਵਜ਼ਾਰਤ ਤੋਂ ਅਸਤੀਫਾ ਲੈ ਲਿਆ ਅਤੇ ਸਾਰਾ ਉਹਨੇ ਤਾਕਤ ਦੇ ਕੇ ਔਰ ਸਾਰੀ ਮਸ਼ੀਨਰੀ ਸਰਕਾਰੀ ਦੇ ਕੇ ਉਹਨੇ ਮੈਂਬਰ ਖਰੀਦਣ ਵਾਸਤੇ, ਮੈਂਬਰਾਂ ਨੂੰ ਡਰਾਂ ਧਮਕਾਉਣ ਵਾਸਤੇ ਜਾਂ ਹੋਰ ਤਰੀਕਿਆਂ ਨਾਲ ਉਹਨਾਂ ਨੂੰ ਮਾਸਟਰ ਤਾਰਾ ਸਿੰਘ ਤੋਂ ਉਠਾਉਣ ਵਾਸਤੇ ਜਿਹੜਾ ਸਾਰਾ ਜ਼ੋਰ ਲਾਤਾ। ਅਖੀਰ ਜਦੋਂ ਇਲੈਕਸ਼ਨ ਹੋਈ ਤਾਂ 16 ਨਵੰਬਰ ਦੇ ਦਿਨ ਮਾਸਟਰ ਤਾਰਾ ਸਿੰਘ ਜਿਹੜਾ 3 ਵੋਟਾਂ ਨਾਲ ਹਾਰ ਗਿਆ, ਉਹਨੂੰ 74 ਵੋਟਾਂ ਮਿਲੀਆਂ ਅਤੇ ਜਿਹੜਾ ਡੰਮੀ ਖੜਾ ਕੀਤਾ ਸੀ ਪ੍ਰੇਮ ਸਿੰਘ ਲਾਲਪੁਰਾ, ਉਹਨੂੰ 77 ਵੋਟਾਂ ਮਿਲੀਆਂ। ਤੋ ਇਸ ਤਰ੍ਹਾਂ ਪ੍ਰਤਾਪ ਸਿੰਘ ਕਹਿਰੋਂ ਨੇ ਗੁਰਦੁਆਰਿਆਂ ਦੇ ਉੱਤੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਖਾੜਕੂ ਲਹਿਰ ਦੀਆਂ ਖਬਰਾਂ ਨੇ 16 ਨਵੰਬਰ 1981 ਦੇ ਦਿਨ ਬਬਰ ਖਾਲਸਾ, ਜਿਹਦੇ ਮੋਢੀ ਜਥੇਦਾਰ ਤਰਵਿੰਦਰ ਸਿੰਘ ਸਨ, ਉਹਨਾਂ ਦੇ ਸਾਥੀਆਂ ਖਾੜਕੂਆਂ ਵੱਲੋਂ ਕਪੂਰਥਲੇ ਦੇ ਨਿਰਕਾਰੀ ਪ੍ਰਹਲਾਦ ਚੰਦ ਅਤੇ ਉਸਦੇ ਭਰਾ ਅਤੇ ਬਾਪ ਦੇ ਉੱਤੇ ਹਮਲਾ ਕੀਤਾ ਗਿਆ। ਹਮਲੇ 'ਚ ਪ੍ਰਹਲਾਦ ਚੰਦ ਤਾਂ ਉਸੇ ਵੇਲੇ ਮਰ ਗਿਆ ਪਰ ਉਸਦਾ ਭਰਾ ਅਤੇ ਬਾਪ ਬਾਅਦ 'ਚ ਮਰ ਗਏ। ਕਤਲ ਕੀਤੇ ਜਾਣ ਵਾਲੇ ਜਿਹੜੇ ਸਨ ਉਹ ਉਹਨਾਂ ਨੂੰ ਕਤਲ ਕਰਨ ਵਾਲੇ ਜਿਹੜੇ ਸਨ ਇੱਕ ਮੋਟਰਸਾਈਕਲ 'ਤੇ ਆਏ ਸਨ, ਉਹਨਾਂ ਦਾ ਮੋਟਰਸਾਈਕਲ NH 8275 ਵੇਲੇ ਸਿਰ ਨਾ ਚੱਲ ਸਕਿਆ, ਜਿਸ ਕਰਕੇ ਉਹ ਮੋਟਰਸਾਈਕਲ ਨੂੰ ਛੱਡ ਕੇ ਉੱਥੇ ਹੀ ਸ਼ੇਰਗੜ੍ਹ ਮੁਹੱਲੇ ਵਿੱਚੋਂ ਦੌੜ ਗਏ। ਪੁਲਿਸ ਨੇ ਮੋਟਰਸਾਈਕਲ ਦੀ ਮਲਕੀਅਤ ਦਾ ਪਤਾ ਲਾ ਕੇ ਇਸ ਦੇ ਮਾਲਕ ਬਖਸ਼ੀਸ਼ ਸਿੰਘ ਚੁਗਾਵਾਂ ਨੂੰ ਗ੍ਰਿਫਤਾਰ ਕਰ ਲਿਆ। ਤੋ ਬਖਸ਼ੀਸ਼ ਸਿੰਘ ਨੇ ਪੁਲਿਸ ਨੂੰ ਸਾਫ਼ ਦੱਸਤਾ ਕਿ ਕਾਲਾ ਸਿੰਘ ਦਾ ਤਰਸੇਮ ਸਿੰਘ ਉਹਦੇ ਕੋਲੋਂ ਮੋਟਰਸਾਈਕਲ ਨੂੰ ਉਧਾਰ ਮੰਗ ਕੇ ਲਿਆ ਸੀ। ਸੋ ਇਸ ਦੇ ਨਾਲ ਪੁਲਿਸ ਨੂੰ ਇਹ ਵੀ ਪਤਾ ਲੱਗ ਗਿਆ ਕਿ ਕਪੂਰਥਲੇ ਵਿੱਚ ਚਲਾਈਆਂ ਗਈਆਂ ਗੋਲੀਆਂ 38 ਬੋਰ ਦੇ ਅਮਰੀਕਨ ਪਿਸਤੌਲ ਦੀਆਂ ਸਨ ਅਤੇ ਪੰਜਾਬ ਵਿੱਚ ਹੋਏ ਬਾਕੀ ਐਕਸ਼ਨ ਵੀ ਜਿਹੜੇ ਆ ਉਹ ਇਸੇ ਤਰ੍ਹਾਂ ਦੇ ਇਸੇ ਕਿਸਮ ਦੇ ਪਿਸਤੌਲਾਂ ਕੀਤੇ ਗਏ ਸਨ। ਤੋ ਪੁਲਿਸ ਨੂੰ ਸਮਝ ਲੱਗ ਗਈ ਵੀ ਜਿੰਨੇ ਵੀ ਕਤਲ ਹੋਏ ਆ ਇਸ ਗਰੁੱਪ ਨੇ ਹੀ ਕੀਤੇ ਨੇ। 16 ਨਵੰਬਰ 1982 ਦੀ ਗੱਲ ਹੈ ਕਿ ਇਸ ਦਿਨ ਪੁਲਿਸ ਨੇ ਪਿੰਡਰਾ ਜੱਥਾ ਦੇ ਪੈਰੋਕਾਰ ਭੋਲਾ ਸਿੰਘ ਪਿੰਡ ਰੋਡੇ ਅਤੇ ਕਸ਼ਮੀਰ ਸਿੰਘ ਲਾਧੂਵਾਲ ਜਲਾਲਾਬਾਦ ਵੈਸਟ ਕੋਲ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਲਾਠੀਆਂ ਮਾਰ ਮਾਰ ਕੇ ਉਹਨਾਂ ਦੀਆਂ ਹੱਡੀਆਂ ਤੋੜ ਦਿੱਤੀਆਂ, ਮਗਰੋਂ ਉਹਨਾਂ ਨੂੰ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਹੋਣ ਦਾ ਸ਼ਹੀਦ ਕਰ ਦਿੱਤਾ ਗਿਆ। ਤੋ ਇਹ ਭੋਲਾ ਸਿੰਘ ਉਸ ਗਰੁੱਪ ਦਾ ਮੈਂਬਰ ਵੀ ਸੀ ਜਿਸ ਨੂੰ ਪਿੰਡਾਂ ਵਾਲਿਆਂ ਨੇ ਨਿਰੰਕਾਰੀ ਮੁਖੀ ਗੁਰਭਜਨ ਸਿੰਘ ਨੂੰ ਕਤਲ ਕਰਨ ਦੀ ਡਿਊਟੀ ਦਿੱਤੀ ਸੀ ਪਰ ਉਹ ਕਾਮਯਾਬ ਨਹੀਂ ਹੋ ਸਕਿਆ ਸੀਗਾ। ਇਸ ਤੋਂ ਬਾਅਦ ਸਾਡੇ ਕੋਲ ਹੋਰ ਨਕਲੀ ਮੁਕਾਬਲੇ ਦੀਆਂ ਘਟਨਾਵਾਂ 1992 ਦੀ 16 ਨਵੰਬਰ 1992 ਦੇ ਦਿਨ ਪੁਲਿਸ ਨੇ ਮੇਜਰ ਸਿੰਘ ਉਰਫ ਜੱਗਾ ਸਿੰਘ ਵਾਸੀ ਮਾਜਰੀ, ਇਸਨੂੰ 300 ਕਤਲਾਂ ਦਾ ਜ਼ਿੰਮੇਦਾਰ ਕਹਿ ਕੇ ਸਤਵੰਤ ਸਿੰਘ ਮੁੰਡੀਆਂ ਥਾਣੇ ਵਾਲਾ, ਕਾਕਾ ਸਿੰਘ, ਬਘੇਲ ਸਿੰਘ, ਜੀਤ ਸਿੰਘ, ਦਲਜੀਤ ਸਿੰਘ ਸੁਹਾਣਾ ਪੁੱਤਰ ਸ਼ੇਰ ਸਿੰਘ ਵਾਸੀ ਸੁਹਾਣਾ ਨੇੜੇ ਮੁਹਾਲੀ ਅਤੇ 6 ਹੋਰ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਵਿੱਚ ਸ਼ਹੀਦ ਕਰ ਦਿੱਤਾ। ਇਹ ਸਨ ਘਟਨਾਵਾਂ 16 ਨਵੰਬਰ ਦੀਆਂ ਜਿਹੜੀਆਂ ਤਾਰੀਖ ਨੇ ਰਿਕਾਰਡ ਕੀਤੀਆਂ ਹਨ। ਸ਼ੁਕਰੀਆ।